ਜ਼ਮੀਨ ਦਾ ਵੀ ਬਹੁਤ ਇਹ ਵੀ ਬਹੁਤ ਹੈ ਜੀ, ਤੁਹਾਡਾ ਧੰਨਵਾਦ ਹੈ ਜਿਹੜਾ ਇੰਨਾ ਵੀ ਤੁਸੀਂ ਕਰਿਆ ਹੈਗਾ, ਇੰਨਾ ਵੀ ਬਹੁਤ ਅੱਜ ਕੱਲ੍ਹ ਇੱਥੇ ਗੱਡੀਆਂ 'ਚ ਆਏ ਜੀ, 2 ਮਿੰਟ ਨਹੀਂ ਖੜ੍ਹੇ, ਬਸ ਗੋਲੀ ਵਾਂਗੂ ਮੁੜ ਗਏ। ਖਾਲਸਾ ਐਡ, ਜਿਸਦਾ ਨਾਮ ਸੁਣਦੇ ਹੀ ਮੁਸ਼ਕਲਾਂ ਵਿੱਚ ਫਸੇ ਲੋਕਾਂ ਦੇ ਸਾਹਾਂ ਵਿੱਚ ਸਾਹ ਆ ਜਾਂਦੇ ਨੇ, ਕਿਉਂਕਿ ਉਹ ਸਿੱਖ ਜਥੇਬੰਦੀ ਹੈ ਜੋ ਕਿਸੇ ਵੀ ਮੁਸੀਬਤ ਵਿੱਚ ਫਸੇ ਲੋਕਾਂ ਦੀ ਬਾਂਹ ਫੜਦੀ ਹੈ ਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੀ ਹੈ, ਜਿਸ ਦੀ ਅੱਜ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਵਾਂਗੇ, ਜਿਸ ਨੂੰ ਦੇਖ ਤੁਸੀਂ ਵੀ ਇਹਨਾਂ ਲਈ ਦੁਆਵਾਂ ਕਰਦੇ ਨਹੀਂ ਥੱਕੋਗੇ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖਾਲਸਾ ਐਡ ਵਾਲੇ ਮੱਝਾਂ ਨਾਲ ਭਰਿਆ ਟਰੱਕ ਲਈ ਖੜੇ ਨੇ ਤੇ ਕੁਝ ਮੱਝਾਂ ਹੇਠਾਂ ਖੜੀਆਂ ਨੇ, ਜੋ ਖਾਲਸਾ ਐਡ ਵੱਲੋਂ ਹੜ੍ਹ ਦੀ ਮਾਰ ਕਾਰਨ ਜਿਨ੍ਹਾਂ ਲੋਕਾਂ ਦੀਆਂ ਮੱਝਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਜਿਸ ਨੂੰ ਦੇਖ ਕਈ ਲੋਕ ਭਾਵੁਕ ਵੀ ਹੋ ਗਏ, ਕਿਉਂਕਿ ਜੋ ਮਦਦ ਉਹਨਾਂ ਲਈ ਖਾਲਸਾ ਐਡ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ ਉਹ ਸ਼ਾਇਦ ਕੋਈ ਹੋਰ ਨਹੀਂ ਕਰ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਵੀ ਅਸੀਂ ਤੁਹਾਨੂੰ ਆਪਣਾ ਜਿਹੜਾ ਸਾਡਾ ਸੈਕਿੰਡ ਫੇਜ਼ ਚੱਲ ਰਿਹਾ ਸੀ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ, ਜੋ ਪੰਜਾਬ ਦੇ ਵਿੱਚ ਫਲੱਡਸ ਨੇ ਪਿਛਲੇ ਦਿਨੀ ਨੁਕਸਾਨ ਕੀਤਾ, ਤਕਰੀਬਨ 10 ਕੁ ਦਿਨਾਂ ਤੋਂ ਸਾਡੀ ਟੀਮ ਗਰਾਊਂਡ ਜ਼ੀਰੋ ਦੇ ਉੱਤੇ ਕੰਮ ਕਰ ਰਹੀ ਹੈ। ਜਿਵੇਂ ਜਿਵੇਂ ਰਿਕੁਆਇਰਮੈਂਟ ਆਉਂਦੀ ਜਾ ਰਹੀ ਹੈ ਉਵੇਂ ਉਵੇਂ ਨੀਡ ਦੇ ਅਕੋਰਡਿੰਗਲੀ ਖਾਲਸਾ ਐਡ ਦੀ ਟੀਮ ਨੇ ਆਪਣੇ ਜਿਹੜੇ ਪ੍ਰੋਜੈਕਟਸ ਨੇ ਉਹ ਪਲਾਨ ਕੀਤੇ ਹੋਏ ਸੀ। ਸੋ ਹੁਣ ਅੱਜ ਦੇ ਦਿਨ ਅਸੀਂ ਜਿਹੜਾ ਸੈਕਿੰਡ ਫੇਜ਼ ਹੈ ਆਪਣੇ ਪ੍ਰੋਜੈਕਟ ਦਾ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਬੜੀ ਵੱਡੀ ਅਨਾਊਂਸਮੈਂਟ ਕਰਨ ਜਾ ਰਹੇ ਹਾਂ ਉਸ ਪ੍ਰੋਜੈਕਟ ਨੂੰ, ਕਿ ਜਿਸ ਦੇ ਵਿੱਚ ਜਿਸਦਾ ਅਸੀਂ ਨਾਂ ਦਿੱਤਾ ਮੁੜ ਵਸੇਵਾ। ਨਾਮ ਤੋਂ ਹੀ ਸ਼ਾਇਦ ਸਾਰਿਆਂ ਨੂੰ ਪਤਾ ਲੱਗ ਗਿਆ ਹੋਏਗਾ, ਤਕਰੀਬਨ ਪਿਛਲੇ 4-5 ਦਿਨ ਤੋਂ ਰੋਪੜ ਏਰੀਆ ਦੇ ਵਿੱਚ ਜਦੋਂ ਪਾਣੀ ਨਿਕਲਿਆ, ਕਿਉਂਕਿ ਇੱਥੇ ਪਾਣੀ ਆਇਆ ਅਤੇ ਨਾਲ ਦੀ ਨਾਲ 14-15 ਘੰਟਿਆਂ ਦੇ ਵਿੱਚ ਉਹ ਪਾਣੀ ਨੇ ਨਿਕਾਸੀ ਕਰ ਲਈ, ਪਰ ਕੁਛ ਇਲਾਕਿਆਂ ਦੇ ਵਿੱਚ ਪਾਣੀ ਨੇ ਜਿਹੜੀ ਮਾਰ ਕੀਤੀ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ, ਉਹ ਪਾਣੀ ਹਜੇ ਵੀ ਉੱਥੇ 2-2 ਫੁੱਟ 3-3 ਫੁੱਟ ਪਾਣੀ ਖੜ੍ਹਾ। ਅਤੇ ਸਾਡੀ ਕੋਸ਼ਿਸ਼ ਸੀਗੀ ਐਮਰਜੈਂਸੀ ਨੀਡ ਤੋਂ ਬਾਅਦ ਰੈਸਕਿਊ ਓਪਰੇਸ਼ਨ ਜਦੋਂ ਅਸੀਂ ਕੀਤੇ, ਐਮਰਜੈਂਸੀ ਰਿਲੀਫ ਦਿੱਤਾ, ਉਸ ਤੋਂ ਬਾਅਦ ਬੰਨ ਬੰਨਣ ਦਾ ਕੰਮ ਕੀਤਾ ਗਿਆ ਟੀਮ ਦੇ ਵੱਲੋਂ, ਐਜ਼ ਅ ਮੈਨ ਪਾਵਰ ਉੱਥੇ ਪ੍ਰੋਵਾਈਡ ਕੀਤੀ ਗਈ। ਉਸ ਤੋਂ ਬਾਅਦ ਨਾਲ ਦੀ ਨਾਲ ਜਿਵੇਂ ਜਿਵੇਂ ਸੈਂਡ ਬੈਗਸ ਦੀ ਲੋੜ ਪੈਂਦੀ ਰਹੀ ਉਹ ਫਿਲਿੰਗ ਦਾ ਕੰਮ ਕੀਤਾ ਖਾਲਸਾ ਐਡ ਦੀ ਟੀਮ ਨੇ, ਤੁਸੀਂ ਲਾਈਵ ਸਾਰੀ ਅਪਡੇਟਸ ਦੇਖਦੇ ਰਹੇ ਹੋ। ਉਸ ਤੋਂ ਬਾਅਦ ਨਾਲ ਹੀ ਅਸੀਂ ਆਪਣੇ ਕੁਲੈਕਸ਼ਨ ਸੈਂਟਰਸ ਆਲ ਓਵਰ ਨੌਰਥ ਇੰਡੀਆ ਬਣਾਏ ਸੀਗੇ, ਉਸ ਦੇ ਵਿੱਚੋਂ ਸੰਗਤਾਂ ਨੂੰ ਅਸੀਂ ਅਪੀਲ ਕੀਤੀ ਕਿ ਸਾਨੂੰ ਜੋ ਜੋ ਸਮਾਨ ਚਾਹੀਦਾ ਅਸੀਂ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪੂਰੀ ਕਿੱਟ ਬਣਾ ਕੇ ਉਹ ਦੇਣੀ ਹੈ। ਪਰ ਇੱਥੇ ਇੱਕ ਚੀਜ਼ ਇਹੋ ਜਿਹੀ ਦੇਖਣ ਨੂੰ ਮਿਲੀ ਖਾਸ ਕਰ ਪੰਜਾਬ ਦੇ ਵਿੱਚ, ਕਿ ਸੰਗਤਾਂ ਦੇ ਉਤਸ਼ਾਹ ਇੰਨੇ ਸੀ ਕਿ ਉਹਨਾਂ ਨੇ ਰਾਸ਼ਨ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ। ਹਰ ਇੱਕ ਇੰਡੀਵਿਜੁਅਲ ਨੇ ਆਪਣੀ ਆਪਣੀ ਕਪੈਸਿਟੀ ਦੇ ਵਿੱਚ ਸਾਰੇ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ, ਰਾਸ਼ਨ ਦਾ, ਗੱਦਿਆਂ ਦਾ, ਜਿੰਨੀ ਜਿਹਦੀ ਜੋ ਕਪੈਸਿਟੀ ਸੀ ਉਹਨਾਂ ਨੇ ਹਰ ਇੱਕ ਹੜ੍ਹ ਪ੍ਰਭਾਵਿਤ ਲੋਕਾਂ ਦੇ ਵਿੱਚ ਜਾ ਕੇ ਉਹ ਆਪਣਾ ਸਮਾਨ ਵੰਡਿਆ। ਸੋ ਅੱਜ ਤੋਂ 2 ਕੁ ਦਿਨ ਪਹਿਲਾਂ ਅਸੀਂ ਖਾਲਸਾ ਐਡ ਦੀ ਟੀਮ ਜਿਹੜੀ ਲੋਹੀਆਂ ਇਲਾਕੇ ਦੇ ਵਿੱਚ ਸੀਗੀ, ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਸੀਗੀ, ਉੱਥੇ ਅਸੀਂ ਆਪਣਾ ਕੰਮ ਹੈ ਜਿਹੜਾ ਉਹ ਘਟਾ ਦਿੱਤਾ, ਕਿਉਂਕਿ ਉੱਥੇ ਆਲਰੇਡੀ ਬਹੁਤ ਜ਼ਿਆਦਾ ਰਸ਼ ਪੈ ਚੁੱਕਿਆ ਸੀ, ਲੋਕ ਟਰਾਲੀਆਂ ਭਰ ਕੇ ਸਮਾਨ ਦੀਆਂ ਲੈ ਕੇ ਆ ਰਹੇ ਸੀ। ਰੈਸਕਿਊ ਕਰਨ ਨੂੰ ਸਾਰਾ ਕੁਛ ਆਲਰੇਡੀ ਕੰਪਲੀਟ ਹੋ ਚੁੱਕਿਆ ਸੀਗਾ। ਫਿਰ ਜਿਹੜੀ ਸਾਡੀ ਟੀਮਸ ਸੀਗੀਆਂ ਉਹ ਅਸੈਸਮੈਂਟ ਦੇ ਉੱਤੇ ਲੱਗੀਆਂ ਹੋਈਆਂ ਸੀ, ਅਸੀਂ ਸਟਾਰਟ ਜਿਹੜਾ ਕੀਤਾ ਉਹ ਰੋਪੜ ਜ਼ਿਲ੍ਹੇ ਤੋਂ ਕੀਤਾ। ਸੋ ਅੱਜ ਰੀਹੈਬਲੀਟੇਸ਼ਨ ਜਿਹੜਾ ਪ੍ਰੋਜੈਕਟ ਹੈ, ਮੁੜ ਵਸੇਵਾ ਜਿਹੜਾ ਪ੍ਰੋਜੈਕਟ ਹੈ, ਉਸ ਨੂੰ ਅਸੀਂ ਪੂਰਾ ਡਿਜ਼ਾਈਨ ਕੀਤਾ। ਉਸ ਦੇ ਵਿੱਚ ਅਸੀਂ ਅਸੈਸਮੈਂਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜਾ ਅੱਜ ਅਸੀਂ ਜਿਸ ਪਿੰਡ ਦੇ ਵਿੱਚ ਖੜ੍ਹੇ ਹਾਂ, ਸਭ ਤੋਂ ਪਹਿਲਾਂ ਅਸੀਂ ਉਸ ਅਸੈਸਮੈਂਟ ਇਸ ਪਿੰਡ ਦੀ ਕੀਤੀ। ਅਸੈਸਮੈਂਟ ਕਰਨ ਤੋਂ ਪਤਾ ਲੱਗਿਆ ਕਿ ਜਿਹੜੇ ਇੱਥੋਂ ਦੇ ਲੋਕ ਸੀਗੇ ਉਹ ਜ਼ਿਆਦਾਤਰ ਜਿਹੜੇ ਲੋਕ ਪਸ਼ੂਆਂ ਦੇ ਉੱਤੇ ਨਿਰਭਰ ਸੀਗੇ, ਪਸ਼ੂਆਂ ਦੇ ਉੱਤੇ ਨਿਰਭਰ ਹੋਣ ਕਰਕੇ ਸਾਰੀ ਉਹਨਾਂ ਦਾ ਜਿਹੜਾ ਕਮਾਈ ਦਾ ਸਾਧਨ ਸੀਗਾ ਉਹ ਪਸ਼ੂ ਹੀ ਸੀਗੇ, ਡੰਗਰ ਹੀ ਸੀਗੇ। ਅਤੇ ਜਦੋਂ ਪਾਣੀ ਦਾ ਵਹਾਵ, ਕਿਉਂਕਿ ਇੱਥੇ ਆਪਾਂ ਭਾਖੜਾ ਡੈਮ ਬਿਲਕੁਲ ਨਾਲ ਪੈਂਦੀ ਹੈ ਅਨੰਦਪੁਰ ਸਾਹਿਬ ਦੇ ਇਲਾਕੇ 'ਚ, ਭਾਖੜਾ ਡੈਮ ਨੇ ਜਦੋਂ ਗੇਟ ਖੁੱਲ੍ਹੇ, ਫਲੱਡ ਗੇਟ ਖੁੱਲ੍ਹੇ, ਅਤੇ ਭਾਖੜਾ ਡੈਮ ਦੇ ਵਿੱਚੋਂ ਇੱਕਦਮ ਪਾਣੀ ਜਦੋਂ ਇੱਥੇ ਛੱਡਿਆ ਗਿਆ, ਇਹਨਾਂ ਦੇ ਡੰਗਰ ਕੁਛ ਮਰ ਗਏ ਅਤੇ ਕਈਆਂ ਦਾ ਨਾਲ ਹੀ ਪਾਣੀ ਦੇ ਨਾਲ ਵਹਾ ਕੇ ਉਹਨਾਂ ਨੂੰ ਚਲੇ ਗਏ। ਸੋ ਅਸੀਂ ਅਸੈਸਮੈਂਟ ਕਰਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ। ਸੋ ਅੱਜ ਮੁੜ ਵਸੇਵੇਂ ਦੇ ਪ੍ਰੋਜੈਕਟ ਦੇ ਵਿੱਚ ਖਾਲਸਾ ਐਡ ਦੀ ਟੀਮ ਦੇ ਵੱਲੋਂ ਫੈਮਿਲੀਜ਼ ਆਈਡੈਂਟੀਫਾਈ ਕਰਕੇ ਅਸੀਂ ਜਿਹੜਾ ਉਹਨਾਂ ਨੂੰ ਇੱਕ ਇਨਕਮ ਸੋਰਸ ਜਿਹੜਾ ਹੈਗਾ ਉਹ ਜਨਰੇਟ ਕਰ ਰਹੇ ਹਾਂ ਉਹਨਾਂ ਲਈ, ਡੰਗਰਾਂ ਦੀ ਪਰਚੇਜ਼ਿੰਗ, ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਪ੍ਰੋਪਰਲੀ। ਸਾਡੇ ਪ੍ਰੋਫੈਸ਼ਨਲਸ ਬੰਦੇ ਇਸ ਪ੍ਰੋਜੈਕਟ ਦੇ ਉੱਤੇ ਲੱਗੇ ਹੋਏ ਸੀਗੇ, ਉਹਨਾਂ ਦੀ ਪਰਚੇਜ਼ਿੰਗ ਕਰ ਰਹੇ ਸੀਗੇ। ਨਾਲ ਹੀ ਅਸੀਂ ਆਈਡੈਂਟੀਫਿਕੇਸ਼ਨ ਕਰਕੇ ਜਦੋਂ ਉਹਨਾਂ ਦੀ ਚੈਕਿੰਗ ਕਰਦੇ ਹਾਂ, ਪੂਰਾ ਅਸੀਂ
दो दिन उन्होंने चैक करके एक वधिया जो ब्रीड है वो परचेज की तकरीबन असी जिहड़ी एवरेज है वो 80 to 85,000 की कीमत की असी एक डंगर जिहड़ा परचेज करके अज इन्हां परिवारों नूं असी ये दे रहे हैं। सो यह साडा जिहड़ा प्रोजैक्ट है ये प्रोजैक्ट बहुत ज़्यादा वड्डा असी ये प्लैन किया है तां जो जिहड़े ये परिवार ने जिहड़े जिन्हां दे डंगर हुण नहीं रहे या जिन्हां दे चार डंगर सी उन्हां दे तीन रुड़ गए दो मर गए सो मतलब काइंड ऑफ इदा दे बहुत ज़्यादा परिवारों की साढ़े को डिटेल्स आई हैं। असी असैसमेंट फॉर्म्स भरे पेपर वर्क करके अपने प्रोफेशनल्स तो अपनी टीम के नाल रल के असी प्रोजेक्ट डिजाइन किया। सो अज असी पहला जिहड़ा स्लॉट है तुहाडे सहयोग के नाल गुरु साहब की कृपा के नाल एक पंजाब के किसानों नू द्वार तो असी मुड़ वसेवें प्रोजेक्ट के उन्होंने स्टैंड करने की कोशिश कर रहे हैं। सो तुहाडे सहयोग के नाल तुसी जो फंड रेजिंग का रिस्पोंस दिता संगतां ने जो संगतां ने सानू दिखाया है कि दिल खुले ते उन्होंने डोनेशन जो दित्तियां ने सो उस डोनेशनां नू देखते हुए असी ये प्रोजेक्ट है जिहड़ा डिजाइन किया। सो अज साडे कोले फस्ट जिहड़ा लॉट है वह पहुँचा तो खालसा एड के वलों ये सारे जिहड़े डंगर ने असी परिवारां नू सौंप रहे हैं तां जो ਉਹ ਦੁਆਰ ਤੋਂ ਆਪਣੇ ਪੈਰਾਂ ਦੇ ਉੱਤੇ ਖੜ ਸਕਣ ਅਤੇ ਜਿਹੜੀ ਉਹਨਾਂ ਦੀ ਇਨਕਮ ਸੋਰਸ ਸੀਗੀ ਉਸ ਚੀਜ਼ ਨੂੰ ਇਹ ਇਫੈਕਟ ਨਾ ਕਰ ਸਕੇ। ਸੋ ਸਾਡਾ ਇਹ ਅਪਡੇਟ ਦੇਣਾ ਸੈਕਿੰਡ ਫੇਸ ਸਟਾਰਟ ਕਰਨਾ ਅਤੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਇਹ ਅਤ ਜ਼ਰੂਰੀ ਸੀ ਕਿ ਸੰਗਤਾਂ ਨੂੰ ਅਪਡੇਟ ਕੀਤਾ ਜਾਵੇ ਕਿ ਇੱਧਰੋਂ ਚਲਾ ਦਈਏ ਜੀ। ਹਾਂਜੀ ਬੜਾ ਆਰਾਮ ਨਾਲ ਭਾਗ ਕੇ ਬਿਠੇ ਸੋ ਆਹ ਸਾਡੇ ਵਾਲੰਟੀਅਰਸ ਵੀ ਅਤੇ ਇਸ ਲਾਈਨ ਦੇ ਪ੍ਰੋਫੈਸ਼ਨਲਸ ਵੀ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਸਾਰੀ ਆਈਡੈਂਟੀਫਿਕੇਸ਼ਨ ਥੋੜ੍ਹਾ ਜਿਹਾ ਪ੍ਰਭਦੀਪ ਵੀਰ ਤੁਸੀਂ ਬਰੀਫ 'ਚ ਦੱਸੋ ਕਿ ਕਿੱਦਾਂ ਤੁਸੀਂ ਇਹ ਪ੍ਰੋਜੈਕਟ ਨੂੰ ਕਦੋਂ ਤੋਂ ਲੱਭਣ ਲੱਗੇ ਹੋ ਕੀ ਚੈਲੇਂਜਿਸ ਆ ਰਹੇ ਨੇ ਕਿਹੜੀ ਨਸਲ ਆਪਾਂ ਖਰੀਦ ਰਹੇ ਹਾਂ ਕਿਸ ਤਰ੍ਹਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਇਹਨਾਂ ਦੀ ਚੈਕਿੰਗ ਕਰਦੇ ਹੋ ਅਤੇ ਇਹਨਾਂ ਨੂੰ ਸਿਲੈਕਟ ਕਰਕੇ ਅੱਜ ਲੈ ਕੇ ਆਇਓ ਉਸ ਦੇ ਬਾਰੇ ਥੋੜ੍ਹਾ ਜਿਹਾ ਬਰੀਫ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਜਿੱਦਾਂ ਅਸੀਂ ਜ਼ਿਆਦਾ ਕੋਸ਼ਿਸ਼ ਇਹੀ ਕਰੀਦੀ ਆ ਕਿ ਮੋਹਰਾ ਨਸਲ ਦੀ ਮੱਝਾਂ ਹੀ ਖਰੀਦੀਏ ਕਿਉਂ ਅਤੇ ਇੱਕ ਅਸੀਂ ਇਹ ਬਹੁਤ ਤੁਰ ਫਿਰ ਕੇ ਖਰੀਦ ਰਹੇ ਹਾਂ ਕਾਫੀ ਜਿਵੇਂ ਮੰਡੀਆਂ 'ਚ ਜਾਂਦੇ ਹਾਂ ਜਾਂ ਘਰਾਂ 'ਚ ਪਤਾ ਲੱਗਦਾ ਜਿੱਥੇ ਕਿ ਉੱਥੇ ਆਪਾਂ ਨੂੰ ਵਧੀਆ ਮੱਝ ਖੜੀ ਆ ਤਾਂ ਅਸੀਂ ਉੱਥੇ ਜਾਂਦੇ ਹਾਂ ਅਤੇ ਸਵੇਰੇ ਸ਼ਾਮ ਦੋ ਟਾਈਮ ਜਾਣਾ ਪੈਂਦਾ ਵਾ ਇੱਕ ਥਾਂ 'ਤੇ ਮੱਝ ਦੇਖੋ ਜਿੱਦਾਂ ਚਵਾਈ ਦੇਖਣੀ ਪੈਂਦੀ ਆ ਫਿਰ ਉਸ ਵੀ ਜਾ ਕੇ ਸੋ ਜਾਣੀ ਹੋ ਗਿਆ ਤਕਰੀਬਨ ਇੱਕ ਵੀਕ ਤੋਂ ਲਾਸਟ ਇੱਕ ਵੀਕ ਤੋਂ ਅਸੀਂ ਲੱਗੇ ਹੋਏ ਹਾਂ ਇਸ ਕੰਮ 'ਚ ਅਤੇ ਜਾਣੀ ਚਲੋ ਕੋਸ਼ਿਸ਼ ਇਹੀ ਆ ਸਾਡੀ ਕਿ ਜਿੱਥੇ ਵੀ ਪਹੁੰਚੇ ਆਪਾਂ ਵਧੀਆ ਮੱਝ ਹੀ ਖਰੀਦ ਕੇ ਪਹੁੰਚਾਈਏ। ਇਹ ਮੱਝ ਹੁਣ ਤੁਹਾਡੇ ਅਕੋਰਡਿੰਗਲੀ ਰੇਡੀ ਆ ਬਿਲਕੁਲ ਜਿਵੇਂ ਤੁਸੀਂ ਇਹਨਾਂ ਦੇ ਵਛੇਰੇ ਵੀ ਨਾਲ ਲੈ ਕੇ ਆਏ ਹੋ? ਹਾਂਜੀ ਹਾਂਜੀ ਬਿਲਕੁਲ ਤਾਜ਼ੀ ਸੂਈ ਹੈ ਜੀ ਤਾਂ ਕਿ ਆਪਾਂ ਕੋਸ਼ਿਸ਼ ਇਹੀ ਰੱਖੀ ਹੈ ਵੀ ਇਹਨਾਂ ਨੂੰ ਆਪਾਂ ਜਿੱਦਾਂ ਦੁੱਧ ਮਿਲ ਸਕੇ ਮੌਕੇ 'ਤੇ ਆਉਂਦੀਆਂ ਤਾਂ। ਠੀਕ ਹੈ ਜੀ ਹਾਂਜੀ ਸੋ ਇਹਨਾਂ ਦੀ ਚੈਕਿੰਗ ਦਾ ਦੱਸਿਆ ਤੁਸੀਂ ਕਿੱਦਾਂ ਇਹਨਾਂ ਨੂੰ ਟੈਸਟ ਕਿੱਦਾਂ ਕਰ ਕੀਤਾ ਪ੍ਰੋਪਰਲੀ? ਜਿੱਦਾਂ ਫਿਰ ਸਵੇਰੇ ਵੀ ਜਾ ਕੇ ਧਾਰ ਚੋਈ ਆ ਪਹਿਲਾਂ ਫਿਰ ਸ਼ਾਮ ਨੂੰ ਜਾ ਕੇ ਵੀ ਅਸੀਂ ਚੋ ਕੇ ਦੇਖੀਆਂ ਉੱਥੇ ਤਾਂ ਜੋ ਕੁਛ ਤੁਸੀਂ ਉਹਨਾਂ ਨੂੰ ਆਊਟ ਵੀ ਕੀਤਾ ਕਿ ਕੁਛ ਨਹੀਂ ਸਿਲੈਕਟ ਹੋਈਆਂ? ਹਾਂਜੀ ਹਾਂਜੀ ਜਿੱਦਾਂ 5 ਸਿਲੈਕਟ ਹੋ ਗਈਆਂ ਤਾਂ ਵਿੱਚੋਂ ਮੋਸਟਲੀ 2 or 3 ਆਊਟ ਹੁੰਦੀਆਂ ਸੀ ਡੇਲੀ। ਠੀਕ ਹੈ ਜੀ ਠੀਕ ਹੈ। ਸੋ ਜਿਹੜੀਆਂ ਸਿਲੈਕਸ਼ਨ ਕਰਕੇ ਤੁਸੀਂ ਸਟੋਰ ਕਰਦੇ ਰਹੇ ਉਹਨਾਂ ਨੂੰ? ਬਿਲਕੁਲ ਇਹਨਾਂ ਨੂੰ ਸਿਲੈਕਸ਼ਨ ਕਰਕੇ ਅਸੀਂ ਉੱਥੇ ਸਟੋਰ ਕਰਦੇ ਸੀ ਫਾਰਮ। ਸੋ ਇਸੇ ਤਰ੍ਹਾਂ ਜਿਹੜਾ ਇਹ ਮੁੜ ਵਸੇਵੇਂ ਦਾ ਪ੍ਰੋਜੈਕਟ ਹੈ ਅਸੀਂ ਕਿਉਂਕਿ ਜਦੋਂ ਅਸੀਂ ਘਰਾਂ ਦੀ ਅਸੈਸਮੈਂਟ ਕੀਤੀ ਜਿਹੜੇ ਘਰ ਕਾਫੀ ਨਿਊਜ਼ ਆ ਰਹੀ ਸੀ ਕਿ ਘਰ ਵੀ ਬਹੁਤ ਡੈਮੇਜ ਨੇ ਪਰ ਮੈਂ ਇੱਥੇ ਇੱਕ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਘਰਾਂ ਦਾ ਜਿਹੜਾ ਡੈਮੇਜ ਹੈ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਹੈ। ਸੋ ਇਸ ਇਲਾਕੇ ਦੇ ਵਿੱਚ ਘਰਾਂ ਦਾ ਡੈਮੇਜ ਨਾ ਮਾਤਰ ਹੀ ਹੈ ਤਕਰੀਬਨ ਬਹੁਤ ਘੱਟ ਗਿਣਤੀ ਦੇ ਵਿੱਚ ਮੈਂ ਜੇ ਕਹਾਂ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਹੈ। ਸੋ ਜਿਨ੍ਹਾਂ ਦੇ ਡੰਗਰਾਂ ਦਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਸੈਸਮੈਂਟ ਕਰਕੇ ਅੱਜ ਪਰਿਵਾਰ ਵਾਲਿਆਂ ਨੂੰ ਪਿਛਲੇ ਅਸੀਂ 4-5 ਦਿਨ ਤੋਂ ਇਹ ਪ੍ਰੋਜੈਕਟ ਪਲਾਨ ਕਰ ਰਹੇ ਸੀ ਅਤੇ ਆਪਣੀ ਟੀਮਾਂ ਕੁਛ ਪਰਚੇਜ਼ਿੰਗ ਦੇ ਉੱਤੇ ਲਗਾਈਆਂ ਹੋਈਆਂ ਸੀ ਕੋਈ ਸਿਲੈਕਟ ਕਰ ਰਹੀਆਂ ਸੀਗੀਆਂ ਕੋਈ ਰਾਜਸਥਾਨ ਗਿਆ ਹੋਇਆ ਸੀ ਕੋਈ ਹਰਿਆਣੇ ਗਿਆ ਹੋਇਆ ਸੀ ਸੋ ਜਿੱਥੋਂ ਵਧੀਆ ਤੋਂ ਵਧੀਆ ਡੰਗਰ ਮਿਲ ਰਿਹਾ ਸੀ ਅਸੀਂ ਉਹ ਡੰਗਰ ਪਰਚੇਜ਼ ਕੀਤੇ। ਸੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੋਸ਼ਿਸ਼ ਕਰਦਾ ਕਿ ਜਿਨ੍ਹਾਂ ਦੇ ਪਰਿਵਾਰ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਅਸੀਂ ਹੈਂਡ ਓਵਰ ਕਰਨ ਲੱਗੇ ਹਾਂ ਤੁਹਾਡੇ ਤੁਸੀਂ ਇਸੇ ਪਿੰਡ ਤੋਂ ਜੀ ਤੁਹਾਡੇ ਪਸ਼ੂ ਦਾ ਨੁਕਸਾਨ ਹੋਇਆ ਸੀ? ਅੱਛਾ ਜੀ ਤੁਸੀਂ ਮਾੜਾ ਜਿਹਾ ਦੱਸੋ ਜੀ ਕਿ
ਤੁਹਾਡੇ ਕੋਲ ਕਦੋਂ ਪਹੁੰਚ ਕੀਤੀ ਗਈ ਸਾਡੀ ਟੀਮ ਵੱਲੋਂ, ਅਤੇ ਤੁਹਾਡੇ ਕਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ, ਕਿਸ ਤਰ੍ਹਾਂ ਨੁਕਸਾਨ ਹੋਇਆ ਥੋੜ੍ਹਾ ਜਿਹਾ ਸੰਗਤਾਂ ਨੂੰ ਦੱਸੋ, ਕਿਉਂਕਿ ਸਾਡੀ ਕੋਸ਼ਿਸ਼ ਸੀਗੀ, ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਸਿਰਫ ਰਾਸ਼ਨ ਦੀ ਬੋਰੀ ਦੇ ਕੇ ਉੱਥੇ ਤੱਕ ਸੀਮਤ ਨਹੀਂ ਸੀ, ਅਸੀਂ ਚਾਹੁੰਦੇ ਸੀ ਕਿ ਅਸੀਂ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਸੰਗਤ ਸਹਿਯੋਗ ਦੇਵੇ ਅਤੇ ਅਸੀਂ ਉਹਨਾਂ ਨੂੰ ਦੁਬਾਰਾ ਤੋਂ ਉਹਨਾਂ ਦੇ ਪੈਰਾਂ 'ਤੇ ਖੜ੍ਹਾ ਕਰ ਸਕੀਏ। ਸੋ ਤੁਸੀਂ ਮਾੜਾ ਜਿਹਾ ਦੱਸੋ ਕਿ ਕੀ ਸੀਨ ਸੀਗਾ ਪਹਿਲੇ ਦਿਨ ਜਦੋਂ ਪਾਣੀ ਨੇ ਤੁਹਾਡੇ ਘਰ ਨੂੰ ਟੱਚ ਕੀਤਾ? ਜਾਂ ਪਹਿਲੇ ਦਿਨ ਪਾਣੀ ਆਇਆ ਜੀ, ਸਾਡੇ ਕੋਲ ਡੱਖਾਂ ਨਹੀਂ ਰਹੀਆਂ ਜੀ, ਉਸ ਟਾਈਮ ਅਸੀਂ ਇੱਦਾਂ ਮੰਗ ਕੇ ਰੋਟੀ ਖਾਧੀ ਸੀ, ਬੰਦਿਆਂ ਨੇ ਲੰਗਰ ਲਾ ਕੇ ਰੋਟੀ ਖਾਧੀ। ਉਹਦੇ ਬਾਅਦ ਜੀ ਤੁਸੀਂ ਤੀਜੇ ਚੌਥੇ ਦਿਨ ਸਾਡੇ ਕੋਲ ਆਏ, ਸਾਡਾ ਲਿਖ ਕੇ ਲੈ ਗਏ ਸਭ ਕੁਝ, ਤੁਹਾਡਾ ਕਿੰਨਾ ਨੁਕਸਾਨ ਹੋਇਆ, ਕਿਆ ਹੋਇਆ, ਕਿੰਨਾ ਪਸ਼ੂ ਮਰੇ, ਕਿਹਦੇ ਕੋਲ ਕਿੰਨੇ ਤੇ ਜੀ, ਸਾਰਾ ਕਰ ਕਰਾ ਕੇ ਜੀ ਹੁਣ ਤੁਸੀਂ ਸੇਵਾ। ਮਤਲਬ ਕਿੱਦਾਂ ਤੁਹਾਨੂੰ ਇਸ ਚੀਜ਼ ਦੇ ਨਾਲ ਹੁਣ ਕੀ ਫਾਇਦਾ ਹੋਣਾ ਹੈ, ਤੁਹਾਡੀ ਜ਼ਿੰਦਗੀ ਦੁਆਰ ਤੋਂ ਕੁਛ ਸੁਧਾਰ ਆਊਗਾ ਕਿਸ ਤਰ੍ਹਾਂ ਦਾ ਤੁਸੀਂ, ਕਿਉਂਕਿ ਦੇਖੋ ਅਸੀਂ ਕੋਈ ਸਰਕਾਰੀ ਏਜੰਸੀ ਨਹੀਂ ਆ, ਠੀਕ ਹੈ, ਸਰਕਾਰ ਅਸੀਂ ਸਿਰਫ ਸੰਗਤ ਦੇ ਦਸਵੰਧ ਦੇ ਨਾਲ ਚੱਲਦੇ ਹਾਂ, ਅਤੇ ਸੰਗਤ ਦੇ ਦਸਵੰਧ ਨੇ ਜਦੋਂ ਸਾਨੂੰ ਇੰਨਾ ਸਾਡੀਆਂ ਗੋਲਕਾਂ ਭਰੀਆਂ ਕਿ ਤੁਸੀਂ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਤੁਸੀਂ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿਓ, ਅਤੇ ਅਸੀਂ ਇਹ ਪ੍ਰੋਜੈਕਟ ਪਲਾਨ ਕੀਤਾ ਕਿ ਅਸੀਂ ਇਹਨਾਂ ਨੂੰ ਡੰਗਰ ਦੇਵਾਂਗੇ ਤਾਂ ਜੋ ਜਿਹੜਾ ਇਹਨਾਂ ਦਾ ਕਮਾਈ ਦਾ ਸਾਧਨ ਹੈ ਉਹ ਦੁਬਾਰਾ ਸਟੈਂਡ ਕਰ ਸਕਣ। ਸੋ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਹਾਡੀ ਜ਼ਿੰਦਗੀ 'ਚ ਕੁਛ ਬਦਲਾਅ ਹੋਊਗਾ ਜੀ? ਹੁਣ ਦੁੱਧ ਆ ਗਿਆ ਜੀ ਘਰ। ਹਾਂਜੀ। ਸੋ ਇਹ ਕੁਛ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਆਪਾਂ ਗੱਲ ਕੀਤੀ ਹੈ, ਸੋ ਮੈਂ ਗੱਲ ਕਰਦਾ ਕਿ ਤੁਹਾਡਾ ਵੀ ਪਰਿਵਾਰ ਸੀ? ਸੋ ਆਹ ਵੀਰਵਾਰਾਂ ਦਾ ਕੀ ਨਾਂ ਤੁਹਾਡਾ? ਹਰਜਿੰਦਰ ਸਿੰਘ ਨਾਂ ਹੈ, ਰੋਪੜ ਇਲਾਕੇ ਤੋਂ। ਇਹ ਵੀਰਵਾਰਾਂ ਦਾ ਵੀ ਨੁਕਸਾਨ ਹੋਇਆ, ਇਹ ਆਪਣੇ ਆਪ ਹੀ ਦੱਸਣਗੇ ਕਿ ਤੁਸੀਂ ਆਪਣੀ ਭਾਵਨਾ ਆਪ ਹੀ ਦੱਸੋ ਕਿ ਤੁਹਾਨੂੰ ਕੀ ਨੁਕਸਾਨ ਤੁਹਾਡੇ ਪਰਿਵਾਰ ਦਾ ਹੋਇਆ ਅਤੇ ਅੱਜ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਿ ਸੰਗਤ ਤੁਹਾਨੂੰ ਕਿੱਦਾਂ ਦਾ ਸਹਿਯੋਗ ਦੇ ਰਹੀ ਹੈ ਉਸ ਦੇ ਬਾਰੇ, ਕਿਉਂਕਿ ਅਸੀਂ ਜਿਨ੍ਹਾਂ ਨੇ ਪੈਸੇ ਪਾਏ ਨੇ ਅਸੀਂ ਉਹਨਾਂ 'ਚੋਂ ਨਹੀਂ ਹੈਗੇ, ਅਸੀਂ ਸਿਰਫ ਉਸ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਉਹ ਸੇਵਾ ਪਹੁੰਚਾ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਸੇਵਾ ਦਿੱਤੀ ਹੈ। ਤੁਸੀਂ ਦੋ ਸ਼ਬਦ ਉਹਨਾਂ ਦੇ ਬਾਰੇ ਜ਼ਰੂਰ ਦੱਸੋ ਅਤੇ ਇਸ ਦੇ ਨਾਲ ਕੀ ਬਦਲਾਅ ਆ ਰਿਹਾ ਉਹਦੇ ਬਾਰੇ ਜ਼ਰੂਰ ਦੱਸੋ। ਨਹੀਂ, ਅੱਜ ਤਾਂ ਥੈਂਕਸ ਕਰਦੇ ਜੀ ਸਾਹਿਬ ਜਿਹਨਾਂ ਨੇ ਸੇਵਾ ਕੀਤੀ ਹੈ ਜੀ, ਮਤਲਬ ਵੀ ਨੁਕਸਾਨ ਤਾਂ ਬਹੁਤ ਹੋਇਆ ਜੀ। ਹਾਂਜੀ ਹਾਂ। ਕਿੰਨੇ ਡੰਗਰ ਤੁਹਾਡੇ ਮਰੇ ਨੇ ਜਾਂ ਰੁੜੇ ਨੇ? ਸਾਡੇ ਦੋ ਡੰਗਰ ਹਰੇ ਆ ਜੀ। ਅੱਛਾ ਜੀ। ਹਾਂਜੀ, ਮਤਲਬ ਬਹੁਤ ਨੁਕਸਾਨ ਤਾਂ ਬਹੁਤ ਹੋਇਆ ਜੀ, ਜ਼ਮੀਨ ਦਾ ਵੀ ਬਹੁਤ ਨੁਕਸਾਨ। ਇਹ ਵੀ ਬਹੁਤ ਹੈ ਜੀ, ਤੁਹਾਡਾ ਧੰਨਵਾਦ ਹੈ ਜਿਹੜਾ ਇੰਨਾ ਵੀ ਤੁਸੀਂ ਕਰਿਆ ਹੈਗਾ, ਇੰਨਾ ਵੀ ਬਹੁਤ ਅੱਜ ਕੱਲ੍ਹ ਇੱਥੇ ਗੱਡੀਆਂ 'ਚ ਆਏ ਜੀ, ਦੋ ਮਿੰਟ ਨਹੀਂ ਖੜ੍ਹੇ, ਬਸ ਗੋਲੀ ਮੰਗੂ ਮੁੜ ਗਈ। ਬੜਾ ਫਿਰ ਸ਼ੁਕਰੀਆ ਕਰਦੇ ਇਸਦਾ ਬਹੁਤ, ਜਿਹੜਾ ਇੰਨੀ ਹਿੰਮਤ ਕਰੀ ਆ ਤੁਸੀਂ ਜੀ, ਇੰਨਾ ਕਰਿਆ। ਕਿਸੇ ਸਰਕਾਰ ਨੇ ਸਾਡੀ ਮਦਦ ਨਹੀਂ ਕਰੀ, ਨਾ ਬਾਂਹ ਫੜੀ ਆ। ਸੋ ਇਹ ਪਰਿਵਾਰਾਂ ਦਾ ਸਰਕਾਰਾਂ ਦੇ ਆਪਣੇ ਰੋਲ ਨੇ, ਸਰਕਾਰਾਂ ਨੇ ਆਪਣੇ ਹਿਸਾਬ ਸਿਰ ਕੰਮ ਕਰਨਾ, ਬਟ ਸਾਡੀ ਪੂਰੀ ਜਿਹੜੀ ਤਜਰਬਾ ਹੈ ਇੰਨੇ ਸਾਲਾਂ ਦਾ ਰਿਲੀਫ ਵਰਕ ਦੇ ਵਿੱਚ ਕੰਮ ਕਰਨ ਦਾ, ਅਸੀਂ ਆਪਣਾ ਪੂਰਾ ਜ਼ੋਰ ਇਸ ਪ੍ਰੋਜੈਕਟ ਦੇ ਉੱਤੇ ਲਗਾਇਆ ਤਾਂ ਜੋ ਇਹਨਾਂ ਪਰਿਵਾਰਾਂ ਨੂੰ ਅਸੀਂ ਦੁਬਾਰਾ ਤੋਂ ਸਟੈਂਡ ਕਰ ਸਕੀਏ। ਅਸੀਂ ਮੈਂ ਦੁਬਾਰਾ ਇਹ ਚੀਜ਼ ਕਹਿਣਾ ਚਾਹੁੰਦਾ ਕਿ ਸਮਾਨ ਦੇਣ ਵਾਲੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਦਿਲ ਖੋਲ੍ਹੇ ਹੋਏ ਨੇ, ਪਰ ਕੁਛ ਇਲਾਕਿਆਂ ਦੇ ਵਿੱਚ ਸਮਾਨ ਇੰਨਾ ਕੁ ਜ਼ਿਆਦਾ ਪਹੁੰਚ ਚੁੱਕਿਆ ਕਿ ਉੱਥੇ ਸਟੋਰ ਹੋਣਾ ਸ਼ੁਰੂ ਹੋ ਗਿਆ। ਸੋ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਇਹੋ ਚੀਜ਼ ਚੱਲ ਰਹੀ ਸੀ ਕਿ ਅਸੀਂ ਕਿਹੜੇ ਨਵੇਂ ਆਈਡੀਆ ਦੇ ਨਾਲ ਸੰਗਤਾਂ ਦਾ ਜਿਹੜਾ ਦਿੱਤਾ ਹੋਇਆ ਦਸਵੰਧ ਹੈ ਉਹ ਸਹੀ ਤਰੀਕੇ ਨਾਲ ਲਗਾ ਸਕੀਏ। ਸੋ ਆਹ ਵੀਰ ਮੇਰੇ ਨਾਲ ਖੜ੍ਹੇ ਨੇ, ਆ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਅਸੈਸਮੈਂਟ ਕਰਨੀ, ਜਿਵੇਂ ਜਿਵੇਂ ਜਿਹੜੇ ਜਿਹੜੇ ਇਲਾਕੇ 'ਚ ਪਾਣੀ ਨਿਕਲ ਰਿਹਾ ਉਸ ਇਲਾਕੇ ਦੇ ਵਿੱਚ ਇਹਨਾਂ ਨੇ ਆਪਣੀ ਅਸੈਸਮੈਂਟ ਸ਼ੁਰੂ ਕੀਤੀ, ਅਤੇ ਕਿਸ ਤਰ੍ਹਾਂ ਦੀ ਤੁਹਾਨੂੰ ਦਿੱਕਤਾਂ ਆਈਆਂ ਜਾਂ ਕਿੱਦਾਂ ਦੀਆਂ ਕੰਡੀਸ਼ਨ ਸੀ ਜਾਂ ਕਿੱਦਾਂ ਦੇ ਇਮੋਸ਼ਨ ਸੀਗੇ ਜਾਂ ਕਿੰਨੀ ਕੁ ਪਰੇਸ਼ਾਨੀ ਸੀਗੀ, ਥੋੜ੍ਹਾ ਜਿਹਾ ਬਰੀਫ ਕਰੋ, ਕਿਉਂਕਿ ਸਾਡੇ ਕੋਲ ਇਹੀਓ ਮਾਧਿਅਮ ਹੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਅਪਡੇਟ ਕਰ ਸਕੀਏ, ਫੇਸਬੁੱਕ 'ਤੇ ਦੱਸ ਸਕੀਏ, ਕਿਉਂਕਿ ਚੈਨਲਸ ਵਗੈਰਾ ਨਹੀਂ ਦਿਖਾਉਂਦੇ ਇਹ ਚੀਜ਼ਾਂ। ਸੋ ਤੁਸੀਂ ਇਸ ਮਾਧਿਅਮ ਰਾਹੀਂ ਜੋ ਡਿਟੇਲ ਦੱਸ ਸਕਦੇ ਹੋ ਪਲੀਜ਼ ਸ਼ੇਅਰ ਕਰਿਓ। ਅਸੀਂ ਜਦੋਂ ਪਹਿਲੇ ਦਿਨ ਆਏ, ਮੈਂ ਅਤੇ ਗੁਰਪ੍ਰੀਤ ਜੀ ਇੱਥੇ ਆਏ, ਅਤੇ ਅਸੀਂ ਪਿੰਡ 'ਚ ਵੜੇ ਤਾਂ ਸਾਨੂੰ ਇਹਨਾਂ ਦਾ ਘਰ ਹੀ ਪਹਿਲਾਂ ਦੂਜਾ ਘਰ ਹੀ ਕਸ਼ਮੀਰ ਜੀ ਦਾ। ਅੱਛਾ। ਤਾਂ ਇਹ ਭਾਈ ਉਦੋਂ ਰੋ ਰਹੇ ਸੀ, ਮਤਲਬ ਇਹਨਾਂ ਦੀ ਲਿਟਰਲੀ ਅੱਖਾਂ ਦੇ ਵਿੱਚ ਅੱਥਰੂ ਸੀ, ਕਿਉਂਕਿ ਉਦੋਂ ਤਾਜ਼ਾ ਹੀ ਹੋਇਆ ਸੀਗਾ, ਪਾਣੀ ਨੇ ਸਾਰਾ ਮਤਲਬ ਜਿਹੜੇ ਬੈੱਡ ਲੋਕਾਂ ਦੇ ਜਿਹੜੇ ਪੇਟੀਆਂ ਦੇ ਵਿੱਚ ਜਿਹੜਾ ਸਮਾਨ ਪਿਆ ਉਹ ਸਾਰਾ ਕੁਛ ਜਿਹੜਾ ਉਹ ਖਰਾਬ ਹੋਇਆ ਹੋਇਆ ਸੀ। ਤਾਂ ਦੇਖ ਕੇ ਇੱਕ ਵਾਰੀ ਪਰਿਵਾਰ ਨੂੰ ਮਤਲਬ ਇਮੋਸ਼ਨਲੀ ਵੀ ਇੱਕ ਵਾਰੀ ਡਾਊਨ ਹੁੰਦਾ ਬੰਦਾ, ਕਿੰਨਾ ਨੁਕਸਾਨ ਹੋ ਗਿਆ, ਤਾਂ ਭਾਅ ਜੀ ਰੋ ਰਹੇ ਸੀ, ਮੈਂਬਰ ਵੀ ਨੇ ਇੱਥੇ ਪੰਚਾਇਤ ਮੈਂਬਰ ਵੀ ਨੇ, ਫਿਰ ਇਹਨਾਂ ਨੇ ਆਪ ਵੀ ਸਾਡੇ ਨਾਲ ਲੱਗ ਕੇ ਸਾਰੇ ਅਸੀਂ ਪਿੰਡ ਦਾ ਜਿਹੜਾ ਇੱਕ ਲਿਸਟ ਬਣਾਈ ਸਰਵੇ ਜਿਹਦਾ ਵੀ ਨੁਕਸਾਨ ਹੋਇਆ, ਉਹ ਅਸੈਸਮੈਂਟ ਜਿਹੜੀ ਕਈ ਦਿਨ ਤੋਂ ਸਾਡੀ 4-5 ਦਿਨ ਤੋਂ ਲਗਾਤਾਰ ਅਸੀਂ ਕਰ ਰਹੇ ਸੀ, ਅਤੇ ਉਹਦੇ 'ਚ ਸਾਨੂੰ ਇੱਕ ਮਹਿਸੂਸ ਗੱਲ ਹੋਈ ਜਿਹੜੀ ਆਪਾਂ ਉੱਥੇ ਆਫਿਸ 'ਚ ਵੀ ਡਿਸਕਸ ਕੀਤੀ ਬਾਅਦ 'ਚ, ਕਿ ਅਸੀਂ
ਜਿਹੜਾ ਨੁਕਸਾਨ ਹੋਇਆ ਉਹਦੀ ਕਿਵੇਂ ਕੀ ਭਰਪਾਈ ਕਰ ਸਕਦੇ ਹਾਂ? ਸਾਰਾ ਤਾਂ ਅਸੀਂ ਦੇ ਨਹੀਂ ਸਕਦੇ, ਸਾਰਾ ਕੁਛ ਅਸੀਂ ਕਰ ਨਹੀਂ ਸਕਦੇ, ਪਰ ਜਿੰਨਾ ਅਸੀਂ ਕਰ ਸਕਦੇ ਹਾਂ ਆਪਦੇ ਲੈਵਲ 'ਤੇ ਉਹ ਅਸੀਂ ਬੈਸਟ ਕਰੀਏ। ਤਾਂ ਉਹਦੇ 'ਚ ਇਹ ਸੀਗਾ ਕਿ ਪਹਿਲੇ ਨੰਬਰ 'ਤੇ ਕਿਉਂਕਿ ਇਹਨਾਂ ਦਾ ਮੁੱਖ ਜਿਹੜਾ ਕਿੱਤਾ ਇੱਥੋਂ ਦਾ ਡੰਗਰਾਂ ਦਾ, ਜਿਹੜਾ ਮੇਨ ਇਸ ਸੰਬੰਧੀ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਦਾ ਜ਼ਿਆਦਾ ਜਿਹੜਾ ਉਹ ਕਿੱਤਾ ਉਹ ਡੰਗਰਾਂ ਦਾ ਜੀ। ਅਤੇ ਡੰਗਰ ਲਗਭਗ ਹਰੇਕ ਪਰਿਵਾਰ ਦੇ ਵਿੱਚੋਂ ਕੋਈ ਇੱਕ ਦੋ ਕਿਸੇ ਦੇ ਚਾਰ ਡੰਗਰ ਜਿਹੜੇ ਆ ਨੁਕਸਾਨ ਹੋਏ। ਫਿਰ ਅਸੀਂ ਇਹ ਜਿਹੜੀ ਲਿਸਟ ਜਿਹੜੀ ਬਣਾਈ ਆ ਕਿ ਜਿਹੜੇ ਹਰੇਕ ਪਰਿਵਾਰ ਜਿਹਦਾ ਜਿਹਦੇ ਚਾਰ ਡੰਗਰ ਵੀ ਜੀ, ਦੇਖੋ ਵੀ ਡੰਗਰ ਆ, ਇੱਕ ਵਾਰੀ ਇੱਕ ਇੱਕ ਡੰਗਰ ਸਭ ਨੂੰ ਦਈਏ, ਬਾਕੀ ਜਿਹੜਾ ਅਗਲਾ ਉਹ ਅਸੀਂ ਉਸ ਹਿਸਾਬ ਨਾਲ। ਕਿੰਨੇ ਪਰਿਵਾਰ ਇਸ ਪਿੰਡ ਦੇ ਵਿੱਚ ਆਪਾਂ ਆਈਡੈਂਟੀਫਾਈ ਕੀਤੇ ਨੇ? ਆਪਾਂ 26 ਪਰਿਵਾਰ ਕੀਤੇ ਜੀ ਇਸ ਟਾਈਮ, ਜਿਹਨਾਂ ਨੂੰ ਆਪਾਂ ਜਿਹੜਾ ਦੇਵਾਂਗੇ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਚਾਰ ਪੰਜ ਪਰਿਵਾਰ ਹੋ ਰਹਿੰਦੇ ਜੀ ਸਾਡੇ ਦਰਿਆਪਾਰ ਅਸੈਸਮੈਂਟ ਹੈ, ਉਹ ਕੰਟੀਨਿਊਸਲੀ ਜਾਰੀ ਹੈ। ਅਤੇ ਨਾਲ ਨਾਲ ਡਿਸਟ੍ਰੀਬਿਊਸ਼ਨ ਵੀ ਜਿਹੜੀ ਹੈਗੀ ਹੈ ਡੰਗਰਾਂ ਦੀ, ਉਹ ਵੀ ਅੱਜ ਤੋਂ ਅਸੀਂ ਸਟਾਰਟ ਕਰ ਦਿੱਤੀ, ਕਿਉਂਕਿ ਸਾਡਾ ਇਹ ਰੋਲ ਅਸੀਂ ਇਸ ਤਰੀਕੇ ਨਾਲ ਪਲੇ ਕਰ ਰਹੇ ਹਾਂ ਕਿ ਇੱਕ ਟੀਮ ਸਾਡੀ ਪਰਚੇਜ਼ਿੰਗ ਦੇ ਉੱਤੇ ਲੱਗੀ ਹੋਈ ਹੈ, ਇੱਕ ਆਈਡੈਂਟੀਫਾਈ ਕਰਕੇ ਆਉਂਦੀ, ਇੱਕ ਚੈੱਕ ਕਰਕੇ ਆਉਂਦੀ ਹੈ। ਉਸ ਤੋਂ ਬਾਅਦ ਆਈ ਥਿੰਕ ਪਿਛਲੇ 4 ਦਿਨਾਂ ਤੋਂ ਜਿਵੇਂ ਜਿਵੇਂ ਅਸੈਸਮੈਂਟ ਚੱਲ ਰਹੀ ਸੀ, ਅਸੀਂ ਪ੍ਰੋਜੈਕਟ ਫਾਈਨਲ ਕੀਤਾ ਸੀ, ਉਵੇਂ ਉਵੇਂ ਟੀਮਸ ਕਦੇ ਕੋਈ ਰਾਜਸਥਾਨ। ਸੋ ਸਾਡੀ ਜਿਹੜੀ ਕੋਸ਼ਿਸ਼ ਸੀਗੀ ਕਿ ਬੈਸਟ ਤੋਂ ਬੈਸਟ ਡੰਗਰ ਹੈ ਜਿਹੜਾ ਅਸੀਂ ਉਹ ਪ੍ਰੋਵਾਈਡ ਕਰੀਏ, ਅਸੀਂ ਸਿਰਫ ਫੋਟੋ ਖਿਚਾ ਕੇ ਡੰਗਰ ਦੇ ਕੇ ਅਸੀਂ ਉਸਦੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਸੀ ਕਰਨਾ ਚਾਹੁੰਦੇ। ਸੋ ਸਾਰਾ ਪ੍ਰੋਸੈਸ, ਸਾਰੀਆਂ ਟੀਮਸ, ਕਈ ਵਾਰ ਆਪਾਂ ਗੱਲ ਕਰਦੇ ਹਾਂ ਜਾਂ ਕਈ ਮੈਨੂੰ ਸੁਨੇਹੇ ਆਉਂਦੇ ਨੇ ਕਿ ਅੱਜ ਤੁਹਾਡੀ ਟੀਮ ਇੱਥੇ ਨਹੀਂ ਦਿਖੀ, ਅੱਜ ਇੱਥੇ ਅਸੀਂ ਕੋਈ ਟੀਮ ਦੇ ਮੈਂਬਰ ਨਹੀਂ ਮਿਲ ਪਾਏ ਸਾਨੂੰ। ਸੋ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮਸ ਇੱਕ ਟੀਮ ਨਹੀਂ ਕੰਮ ਕਰ ਰਹੀ ਇਸ ਟਾਈਮ ਪੰਜਾਬ ਦੇ ਹੜ੍ਹਾਂ 'ਤੇ, ਸਾਡੀਆਂ ਤਕਰੀਬਨ 15-20 ਟੀਮਸ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ, ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਲੱਗੀ ਹੈ। ਤਕਰੀਬਨ 500-600 ਵਲੰਟੀਅਰ ਇਸ ਟਾਈਮ ਪੰਜਾਬ ਦੇ ਹੜ੍ਹ ਪੀੜਤਾਂ ਦੇ ਉੱਤੇ ਕੰਮ ਕਰ ਰਿਹਾ ਤੁਹਾਡੀ ਸੰਗਤਾਂ ਦੀ ਸਪੋਰਟ ਦੇ ਨਾਲ, ਕਿਉਂਕਿ ਜਿਹੜਾ ਤੁਸੀਂ ਦਸਵੰਧ ਜਿਹੜਾ ਪਾਇਆ, ਚਾਹੇ ਇਹ ਡਿਊਟੀਆਂ ਸਰਕਾਰਾਂ ਦੀਆਂ ਬਣਦੀਆਂ ਪਰ ਸਰਕਾਰ ਆਪਣੇ ਲੈਵਲ 'ਤੇ ਕੰਮ ਕਰ ਰਹੀ ਹੈ, ਐਜ਼ ਐਨ ਜੀ ਓ ਅਸੀਂ ਜਿੰਨਾ ਕੁਛ ਕਰ ਸਕਦੇ ਹਾਂ, ਅਸੀਂ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬੀਆਂ ਦੇ ਨਾਲ ਖੜ੍ਹੇ ਹਾਂ। ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਜਿਹੜੀ ਡੋਨੇਸ਼ਨ ਦਿੱਤੀ ਹੈ, ਅਸੀਂ ਇਹਨਾਂ ਨੂੰ ਦੁਬਾਰਾ ਸਟੈਂਡ ਕਰਨ ਦੇ ਲਈ ਉਸ ਪ੍ਰੋਜੈਕਟ ਨੂੰ ਅਸੀਂ ਉਸ ਪ੍ਰੋਜੈਕਟ ਦੇ ਉੱਤੇ ਲਗਾ ਰਹੇ ਹਾਂ। ਸੋ ਆਹ ਵੀਰ ਜਿਹੜੇ ਖੜ੍ਹੇ ਨੇ ਇਹ ਵੀ ਕੁਛ ਕਹਿਣਾ ਚਾਹੁੰਦੇ ਸੀ, ਮੈਂ ਚਾਹੁੰਦਾ ਕਿ ਇਹ ਵੀ ਗੱਲਬਾਤ ਕਰਨ ਸੰਗਤਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜਦੋਂ 18 ਅਗਸਤ ਨੂੰ ਫਲੱਡ ਆਇਆ ਸਵੇਰੇ, ਤਾਂ ਜਾਣੀ ਕਿ ਇੰਨੀ ਸਥਿਤੀ ਖਰਾਬ ਹੋ ਚੁੱਕੀ ਸੀ ਜੋ ਘਰ ਦਾ ਸਮਾਨ ਅਤੇ ਪਸ਼ੂ ਫਸਲਾਂ ਸਾਰੀਆਂ ਬਰਬਾਦ ਹੋ ਚੁੱਕੀਆਂ ਸੀ। ਸ਼ਾਮ ਤੱਕ ਸਮਝੋ ਸਾਨੂੰ ਕਿਸ਼ਤੀਆਂ ਰਾਹੀਂ ਕੱਢਿਆ ਵੀ ਗਿਆ ਜੀ। ਉਸ ਤੋਂ ਬਾਅਦ ਜੀ ਸਾਨੂੰ ਗੁਰੂ ਘਰਾਂ ਦੇ ਵਿੱਚ ਤਾਂ ਲੰਗਰ ਪਾਣੀ ਆਏ, ਸੰਗਤਾਂ ਨੇ ਇੰਨਾ ਸਹਿਯੋਗ ਦਿੱਤਾ ਲੰਗਰ ਪਾਣੀ ਰਾਸਤਾਂ ਦਾ, ਉਹਨਾਂ ਦਾ ਅਸੀਂ ਕਰਜ਼ ਉਤਾਰ ਨਹੀਂ ਸਕਦੇ ਜੀ। ਉਸ ਤੋਂ ਬਾਅਦ ਇਹ ਟੀਮ ਆਈ ਜੀ ਸਾਡੇ ਪਾਸ, ਇਹਨੇ ਸਾਡਾ ਸਾਰਾ ਸਰਵੇਖਣ ਕੀਤਾ ਜੀ। ਅੱਜ ਇਹ ਸਾਨੂੰ ਮੱਝਾਂ ਦੇ ਉਹਦੇ 'ਚ ਮੱਝਾਂ ਲੈ ਕੇ ਆ ਰਹੇ ਹੈ ਜੀ, ਮੱਝਾਂ ਦੇ ਰਹੇ ਹੈ ਜੀ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਤੁਹਾਡੇ ਵਾਹਿਗੁਰੂ ਜੀ ਕੀ ਫਤਿਹ, ਇਹ ਤੁਹਾਡੇ ਸਾਰਿਆਂ ਦਾ ਪਿਆਰ ਹੈ ਜਿਹੜਾ ਕਿ ਤੁਸੀਂ ਸਾਨੂੰ, ਅਸੀਂ ਜੋ ਲਿਮਿਟ ਵੀ ਰੱਖੀ ਸੀ ਫੰਡ ਰੇਜ਼ਿੰਗ ਦੀ, ਤੁਸੀਂ ਇੰਨਾ ਪਿਆਰ ਦਿਖਾਇਆ। ਸੋ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ, ਹੋਰ ਵੀ ਅਸੀਂ ਪ੍ਰੋਜੈਕਟ ਡਿਜ਼ਾਈਨ ਕਰ ਰਹੇ ਹਾਂ ਨਾਲ ਦੀ ਨਾਲ, ਪਲਾਨਸ ਬਣਾ ਰਹੇ ਹਾਂ ਨਵੇਂ, ਸਾਡੀ ਟੀਮਸ ਉਸ ਦੇ ਉੱਤੇ ਵੀ ਵਰਕ ਕਰ ਰਹੀਆਂ। ਸੋ ਅਸੀਂ ਹਰ ਇੱਕ ਅਪਡੇਟ ਹੈ ਜਿਹੜਾ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਜ਼ਰੀਏ ਦੇ ਰਹੇ ਹਾਂ। ਸੋ ਆਹ ਪਰਿਵਾਰ ਜਿਹੜੇ ਦੁਆਰ ਤੋਂ ਆਪਣੇ ਪੈਰਾਂ ਦੇ ਉੱਤੇ ਖੜ੍ਹੇ ਹੋਣਗੇ ਇਸ ਦੇ ਵਿੱਚ, ਚਾਹੇ ਤੁਸੀਂ ਕੈਨੇਡਾ ਬੈਠੇ ਹੋ, ਚਾਹੇ ਲੰਡਨ ਬੈਠੇ ਹੋ, ਚਾਹੇ ਅਮੈਰੀਕਾ ਬੈਠੇ ਹੋ, ਜਿੱਥੇ ਵੀ ਬਾਹਰਲੇ ਮੁਲਕਾਂ 'ਚ ਬੈਠ ਕੇ ਸੀ ਤੁਸੀਂ ਪੰਜਾਬੀਆਂ ਬਾਰੇ ਸੋਚਿਆ, ਖਾਲਸਾ ਏਡ ਦੇ ਉੱਤੇ ਵਿਸ਼ਵਾਸ ਰੱਖਿਆ, ਅਤੇ ਅਸੀਂ ਤੁਹਾਨੂੰ ਹਰ ਇੱਕ ਚੀਜ਼ ਟ੍ਰਾਂਸਪੇਰੈਂਟ ਤੌਰ 'ਤੇ ਦੱਸ ਰਹੇ ਹਾਂ ਕਿ ਕਿਹੜੇ ਕਿਹੜੇ ਪ੍ਰੋਜੈਕਟ ਸਾਡੇ ਹੋਰ ਫਿਊਚਰ 'ਚ ਹੈਗੇ ਨੇ। ਸੋ ਇਸ ਇਲਾਕੇ ਦੇ ਵਿੱਚ ਹਜੇ ਹੋਰ ਵੀ ਜਿਹੜੀ ਹੈ ਨੁਕਸਾਨ ਹੈ ਉਹ ਹੋਇਆ, ਅਸੀਂ ਉਸ ਦੇ ਉੱਤੇ ਵੀ ਅਸੈਸਮੈਂਟ ਕਰ ਰਹੇ ਹਾਂ। ਸੋ ਟਾਈਮਲੀ ਉਸ ਦੇ ਉੱਤੇ ਵੀ ਅਪਡੇਟ ਦਿੰਦੇ ਰਹਾਂਗੇ। ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇੱਕ ਮੁੜ ਵਸੇਵੇਂ ਵਾਲਾ ਜਿਹੜਾ ਪ੍ਰੋਜੈਕਟ ਹੈ ਉਹ ਪਤਾ ਲੱਗ ਸਕੇ ਕਿ ਸੰਗਤਾਂ ਨੂੰ, ਜਿਨ੍ਹਾਂ ਨੇ ਵੀ ਚਾਹੇ 10 ਰੁਪਏ ਦਿੱਤੇ ਨੇ, ਚਾਹੇ $10 ਵੀ ਦਿੱਤੇ ਨੇ, ਕਿ ਉਹਨਾਂ ਦਾ ਦਸਵੰਧ ਜਿਹੜਾ ਅੱਜ ਇਸ ਕਿਸਾਨ ਭਰਾਵਾਂ 'ਤੇ ਜਾਂ ਇਹਨਾਂ ਦੇ ਪੰਜਾਬੀਆਂ ਦੇ ਭਰਾਵਾਂ 'ਤੇ ਜਿਨ੍ਹਾਂ ਦਾ ਨੁਕਸਾਨ ਹੈ ਉਹਨਾਂ ਉੱਤੇ ਲੱਗ ਰਿਹਾ। ਸੋ ਮੈਂ ਸਾਰੀ ਸੰਗਤ ਵੱਲੋਂ, ਆ ਸਾਰੀ ਟੀਮ ਵੀ, ਅੱਜ ਰਾਤ ਵੀ ਹੋ ਚੁੱਕੀ ਹੈ ਤਾਂ ਵੀ ਉਰੇ ਅਸੀਂ ਇੱਥੇ ਡਿਸਟ੍ਰੀਬਿਊਸ਼ਨ ਕਰਦੇ ਪਏ ਹਾਂ, ਇੱਕ ਗੱਡੀ ਹਜੇ ਹੋਰ ਵੀ ਆਉਣੀ ਹੈ ਡੰਗਰਾਂ ਦੀ। ਸੋ ਰੈਗੂਲਰਲੀ ਇਹ ਚੀਜ਼ ਪ੍ਰੋਜੈਕਟ ਹੈ ਹੁਣ ਜਿਹੜਾ ਸਾਡੇ ਕੰਟੀਨਿਊਸਲੀ ਚੱਲਦਾ ਰਹੇਗਾ, ਅਸੈਸਮੈਂਟ ਅਤੇ ਨਾਲ ਇਹਨਾਂ ਨੂੰ ਜਿਹੜਾ ਡਿਸਟ੍ਰੀਬਿਊਸ਼ਨ ਹੈ ਡੰਗਰਾਂ ਦੀ ਉਹ ਹੁੰਦੀ ਰਹੂਗੀ, ਆਪਣਾ ਦੁੱਧ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਸਕਦੇ ਨੇ। ਸੋ ਸਾਰਿਆਂ ਦਾ ਦੁਆਰ ਤੋਂ ਦੋਨੋਂ ਹੱਥ ਜੋੜ ਕੇ ਸਾਰੀ ਟੀਮ ਵੱਲੋਂ ਬਹੁਤ 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 ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਸਪੋਕਸਮੈਨ TV।